23 ਫਰਵਰੀ ਨੂੰ ਅਜਨਾਲਾ ਵਿੱਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਕਾਫੀ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਉਸ ਦੇ ਵਿੱਚ ਇੱਕ ਧਿਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਮਾਹੌਲ ਪੰਜਾਬ ਦਾ ਖਰਾਬ ਨਹੀਂ ਕੀਤਾ ਜਾ ਸਕਦਾ ਔਰ ਦੂਜੇ ਪਾਸੇ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਇਹ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਕਿ ਅਸੀਂ ਥਾਣੇ ਦੇ ਉੱਤੇ ਕਬਜ਼ਾ ਨਹੀਂ ਕੀਤਾ ਤੇ ਨਾ ਹੀ ਪੁਲਿਸ ਨੇ ਹਾਲੇ ਤੱਕ ਇਸ ਗੱਲ ਦਾ ਦਾਵਾ ਕੀਤਾ ਪਰ ਪੁਲਿਸ ਪ੍ਰਸ਼ਾਸਨ ਤੇ ਇੱਕ ਪਾਸੇ ਦੂਜੇ ਪਾਸੇਓ ਪ੍ਰਦਰਸ਼ਨ ਕਰਨ ਵਾਲਿਆਂ ਦੇ ਬਿਆਨ ਹੁਣ ਤੱਕ ਸਭ ਦੇ ਸਾਹਮਣੇ ਆ ਚੁੱਕੇ ਨੇ ਕੌਣ ਕੀ ਕਹਿ ਰਿਹਾ ਪਰ ਇੱਕ ਇਸ ਦੇ ਵਿੱਚੋਂ ਹੀ ਗੱਡੀ ਦੀ ਚਰਚਾ ਹੋ ਰਹੀ ਹੈ ਅਮਰਿਤਪਾਲ ਸਿੰਘ ਜਿਹੜੀ ਗੱਡੀ ਦੇ ਵਿੱਚ ਸਵਾਰ ਹੋ ਕੇ ਉੱਥੋਂ ਜਾਂਦਾ ਜਾਂ ਆਉਂਦਾ ਉਸ ਗੱਡੀ ਦੇ ਬਾਰੇ ਜਿਹੜੀ ਚਰਚਾ ਸ਼ੁਰੂ ਹੋਈ ਹੈ ਉਸ ਗੱਡੀ ਬਾਰੇ ਅਮਰਿਤਪਾਲ ਸਿੰਘ ਨੇ ਵੀ ਬਿਆਨ ਮੀਡੀਆ ਨਾਲ ਸਾਂਝਾ ਕੀਤਾ ਹੈ ਅਮਰਿਤਪਾਲ ਸਿੰਘ ਆਪਣੀ ਲਗਜ਼ਰੀ ਗੱਡੀ ਮਰਸੀਡੀਜ਼ ਬਾਰੇ ਕੀ ਬੋਲਿਆ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਪਰ ਨਾਲ ਤੁਹਾਨੂੰ ਦੱਸ ਦਈਏ ਕਿ ਗੱਡੀ ਮਰਸੀਡੀਜ਼ ਆਈ ਕਿੱਥੋਂ ਹੈ ਜਿਸ ਦੀ ਕੀਮਤ ਕਰੋੜਾਂ ਵਾਲੀ ਸੀਰੀਜ਼ ਦੇ ਵਿੱਚੋਂ ਹੈ ਹੁਣ ਕਰੋੜਾਂ ਵਾਲੀ ਗੱਡੀ ਕਿਸ ਨੇ দান ਕੀਤੀ ਕਿਸ ਨੇ ਤੋਹਫਾ ਦਿੱਤਾ ਜਾਂ ਫਿਰ ਆਪਣੀ ਹੀ ਕਮਾਈ ਦੇ ਨਾਲ ਖਰੀਦੀ ਗਈ ਅਮਰਿਤਪਾਲ ਸਿੰਘ ਵੱਲੋਂ ਇਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਅਮਰਿਤਪਾਲ ਸਿੰਘ ਨੂੰ ਵੀ ਇਸ ਬਾਰੇ ਜਦੋਂ ਸਵਾਲ ਪੁੱਛਿਆ ਗਿਆ ਤੇ ਗੱਡੀ ਬਾਰੇ ਅਮਰਿਤਪਾਲ ਸਿੰਘ ਕੀ ਬੋਲਿਆ ਇਸ ਬਾਰੇ ਵੀ ਤੁਹਾਡੇ ਨਾਲ ਇੱਕ ਆਡੀਓ ਕਲਿੱਪ ਸਾਂਝਾ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਜਿਹੜਾ ਇਹ ਗੱਡੀ ਤੁਹਾਨੂੰ ਤਸਵੀਰ ਦੇ ਵਿੱਚ ਵੀ ਨਜ਼ਰ ਆ ਰਹੀ ਹੈ ਜਿਸ ਦਾ ਨੰਬਰ ਹਰਿਆਣਾ ਦਾ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਉਸ ਗੱਡੀ ਦੇ ਆਉਣ ਦਾ ਜਿਹੜਾ ਪਿਛੋਕੜ ਹੈ ਉਹ ਕੀ ਹੈ ਉਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ HR72E1818 ਇਹ ਜਿਹੜਾ ਨੰਬਰ ਹੈ ਇਹ ਗੁਰਦਾਉਂ ਸਾਊਥ ਹਰਿਆਣਾ ਦੇ ਵਿੱਚ ਰਜਿਸਟਰਡ ਕੀਤਾ ਗਿਆ ਪਹਿਲੀ ਵਾਰ ਰਜਿਸਟ੍ਰੇਸ਼ਨ ਹੋਈ ਇਸ ਗੱਡੀ ਦੇ ਨੰਬਰ ਦੀ 1752019 17 ਮਈ 2019 ਨੂੰ ਜਿਹੜੇ ਫਸਟ ਓਨਰ ਨੇ ਇਸ ਗੱਡੀ ਦੇ ਉਹ ਇੱਕ ਕਾਰੋਬਾਰੀ ਨੇ ਪ੍ਰੇਮਨਾਥ ਮਹਿਾਨੀ ਜਿਹੜੇ ਕੀ ਹਰਿਆਣਾ ਦੇ ਨਾਲ ਸੰਬੰਧਤ ਨੇ ਉਸ ਕਾਰੋਬਾਰੀ ਨੇ ਇਹ ਗੱਡੀ ਖਰੀਦੀ ਔਰ ਫਸਟ ਓਨਰ ਇਸ ਗੱਡੀ ਦੇ ਮਰਸੀਡੀਜ਼ ਦੇ ਉਹ ਨੇ ਇਸ ਦਾ ਜਿਹੜਾ ਮਾਡਲ ਹੈ ਉਹ ਹੈ ਜੀ ਐਲ ਐਸ 350 ਡੀ 4 ਮੈਟਿਕ ਇਹ ਆਟੋਮੈਟਿਕ ਜਿਹੜੀ ਮਰਸੀਡੀਜ਼ ਗੱਡੀ ਹੈ ਇਸ ਦੀ ਕੀਮਤ ਘੱਟੋ-ਘੱਟ ਤਕਰੀਬਨ ਤਕਰੀਬਨ 1 ਕਰੋੜ ਰੁਪਈਆ ਹੈ ਔਰ ਇਸ ਸੀਰੀਜ਼ ਦੀਆਂ ਜਿਹੜੀਆਂ ਗੱਡੀਆਂ ਨੇ ਉਸ ਦੀ ਕੀਮਤ 1 ਕਰੋੜ ਤੋਂ ਲੈ ਕੇ 2.5 ਕਰੋੜ ਰੁਪਏ ਤੱਕ ਦੀ ਕੀਮਤ ਤੈਅ ਕੀਤੀ ਗਈ ਹੈ ਹੁਣ ਸਵਾਲ ਇਹ ਹੁੰਦਾ ਹੈ ਕਿ ਜੇਕਰ ਪਹਿਲੇ ਓਨਰ ਇਸ ਦੇ ਪ੍ਰੇਮਨਾਥ ਮਹਿਾਨੀ ਨੇ ਤੇ ਫਿਰ ਅਮਰਿਤਪਾਲ ਸਿੰਘ ਗੱਡੀ ਦੀ ਇਸ ਸਵਾਰੀ ਕਿਵੇਂ ਕਰ ਰਹੇ ਨੇ ਇਸ ਗੱਡੀ ਦੀ ਸਵਾਰੀ ਹੁਣ ਜਿਹੜੀ ਅਸੀਂ ਪੜਤਾਲ ਕੀਤੀ ਹੈ ਉਸ ਰਿਸਰਚ ਦੇ ਵਿੱਚ ਇਹ ਪਾਇਆ ਗਿਆ ਕਿ 17/1/2023 ਨੂੰ ਐਨਓਸੀ ਇਸ ਗੱਡੀ ਦੀ ਜਾਰੀ ਕੀਤੀ ਗਈ ਹੈ ਐਨਓਸੀ ਕਿਸ ਦੇ ਨਾਮ ਤੇ ਜਾਰੀ ਕੀਤੀ ਗਈ ਹੈ ਕਿਵੇਂ ਕੀਤੀ ਗਈ ਇਸ ਬਾਰੇ ਕੋਈ ਜਿਹੜਾ ਡਾਟਾ ਆ ਅਪਡੇਟ ਨਹੀਂ ਕੀਤਾ ਗਿਆ ਤਾਂ ਐਸੀ ਕੋਸ਼ਿਸ਼ ਕੀਤੀ ਗੁਰੂ ਜਿਹੜਾ ਗੁਰੂਗ੍ਰਾਮ ਹੈ ਸਾਊਥ ਉੱਥੇ ਵੀ ਸੰਪਰਕ ਕਰਨ ਦੀ ਸਾਡਾ ਸੰਪਰਕ ਹਾਲੇ ਤੱਕ ਨਹੀਂ ਹੋ ਸਕਿਆ ਪਰ ਆਪਣੇ ਪੱਦਰ ਦੇ ਉੱਤੇ ਆਨਲਾਈਨ ਜਿਹੜੀ ਅਸੀਂ ਪੜਤਾਲ ਕੀਤੀ ਉਸ ਵਿੱਚ ਕਿਹਾ ਗਿਆ ਕਿ ਜਿਹੜੀ ਐਨਓਸੀ ਹੈ ਜਿਸ ਦਾ ਨੰਬਰ ਹੈ ਵਾਈਡ ਨੰਬਰ ਹੈ ਐਚਆਰ 2023 ਐਨਓਸੀ 8045ਏ ਇਸ ਐਨਓਸੀ ਤੇ ਉੱਤੇ ਇਹ ਨੰਬਰ ਹੈ ਜਿਹੜਾ ਜਾਰੀ ਹੁੰਦਾ ਹੈ 17 1 2023 ਨੂੰ 17 ਜਨਵਰੀ 2023 ਨੂੰ ਯਾਨੀ ਕਿ ਤਕਰੀਬਨ 1 ਮਹੀਨਾ ਹੋਇਆ ਹੋ ਸਕਦਾ ਐਨਓਸੀ ਜਿਸ ਦੇ ਨਾਮ ਤੇ ਜਾਰੀ ਕੀਤੀ ਗਈ ਹੋਵੇ ਉਸ ਵੱਲੋਂ ਅਗਲੀ ਕਾਰਵਾਈ ਜਿਹੜੀ ਕਾਗਜ਼ਾਂ ਦੇ ਵਿੱਚ ਚੱਲਦੀ ਹੈ ਟੇਬਲ ਤੋਂ ਟੇਬਲ ਜਾ ਕੇ ਆਰਟੀਓ ਦਫ਼ਤਰ ਦੇ ਵਿੱਚ ਫਿਰ ਜਿਹੜੀ ਹੈ ਕਿਸੇ ਹੋਰ ਦੇ ਨਾਮ ਤੇ ਗੱਡੀ ਇਹ ਹੋਵੇਗੀ ਤੇ ਫਿਰ ਆਨਲਾਈਨ ਸ਼ੋ ਹੋਵੇਗਾ ਕਿ ਇਸ ਦਾ ਸੈਕੰਡ ਓਨਰ ਕੌਣ ਹੈ ਪਰ ਹੁਣ ਸਵਾਲ ਹੁੰਦਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਇਹ ਗੱਡੀ ਘੁੰਮ ਰਹੀ ਹੈ ਹਰਿਆਣਾ ਨੰਬਰ ਦੀ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਸਵਾਰ ਹੈ ਹੁਣ ਅਮਰਿਤਪਾਲ ਸਿੰਘ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਕਿ ਗੱਡੀ ਕਿੱਥੋਂ ਆਈ ਹੈ ਕਿਵੇਂ ਆਈ ਹੈ ਕਿਸ ਦੀ ਹੈ ਤੇ ਉਸ ਬਾਰੇ ਅਮਰਿਤਪਾਲ ਸਿੰਘ ਨੇ ਸਾਫ਼ ਸ਼ਬਦਾਂ ਦੇ ਵਿੱਚ ਇਹ ਕਹਿ ਦਿੱਤਾ ਜੋ ਕਿਹਾ ਉਹ ਇਸ ਆਡੀਓ ਦੇ ذریعے ਤੁਸੀਂ ਸੁਣਨ ਦੀ ਕੋਸ਼ਿਸ਼ ਕਰੋ ਕਿ ਕੀ ਕਿਹਾ ਗਿਆ ਗੱਡੀ ਬਾਰੇ ਪੁੱਛ ਰਹੇ ਹਾਂ ਹਾਂਜੀ ਉਹ ਸੰਗਤਾ ਨੇ ਗੱਡੀ ਦਿੱਤੀ ਹੈ ਕਿਸ ਨੂੰ ਜੇ ਇਤਰਾਜ ਹੈ ਤਾਂ ਕੋਈ ਨਹੀਂ ਜਦ ਸੰਗਤਾ ਦਿੰਦੀ ਸੰਗਤਾ ਲੈ ਵੀ ਸਕਦੀ ਹੈ ਤੁਸੀਂ ਸੁਣਿਆ ਕਿ ਅਮਰਿਤਪਾਲ ਸਿੰਘ ਆਪਣੀ ਜ਼ੁਬਾਨ ਤੋਂ ਹੀ ਇਸ ਗੱਲ ਦਾ ਜਵਾਬ ਦੇ ਰਹੇ ਨੇ ਪੱਤਰਕਾਰਾਂ ਨੂੰ ਕਿ ਇਹ ਗੱਡੀ ਆ ਜਿਹੜੀ ਸੰਗਤ ਨੇ ਉਹਨਾਂ ਨੂੰ ਦਿੱਤੀ ਹੈ ਤੇ ਸੰਗਤ ਜਦੋਂ ਚਾਹੇਗੀ ਸੰਗਤ ਨੂੰ ਇਹ ਗੱਡੀ ਵਾਪਸ ਮੋੜ ਦਿੱਤੀ ਜਾਵੇਗੀ। ਤਕਰੀਬਨ ਇਹ ਸ਼ਬਦਾਂ ਦੇ ਵਿੱਚ ਅਮਰਤਪਾਲ ਸਿੰਘ ਨੇ ਇਸ ਗੱਡੀ ਦੇ ਬਾਰੇ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਕਈ ਵਾਰ ਜਦੋਂ ਗੱਲਾਂ ਚੱਲਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਿਹੜਾ ਸਾਜੋ ਸਮਾਨ ਹੋਣਾ ਚਾਹੀਦਾ ਜਦੋਂ ਵੀ ਕੋਈ ਮੁਹਿਮ ਵਿੱਢਣੀ ਹੈ ਤਾਂ ਉਹਨਾਂ ਨੇ ਜਿਹੜੇ ਚੀਜ਼ਾਂ ਦੀ ਗੱਲ ਕੀਤੀ ਸੀ ਜਾਂ ਰਹਿਣ ਬਸੇਰੇ ਦੀ ਗੱਲ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਬਾਣਾ ਹੈ ਉਹ ਸਾਦਾ ਹੋਣਾ ਚਾਹੀਦਾ ਪਰ ਗੱਡੀਆਂ ਤੇ ਘੋੜਿਆਂ ਦੀ ਉਹ ਜਿੰਨੇ ਵਧੀਆ ਹੋ ਸਕਦੇ ਨੇ ਉਹਨੇ ਵਧੀਆ ਰੱਖਣੇ ਚਾਹੀਦੇ ਨੇ ਸੌ ਅਸੀਂ ਸੜਕਾਂ ਤੇ ਵੀ ਜਾਵਾਂਗੇ ਪਰ ਗੱਡੀਆਂ ਤੇ ਘੋੜੇ ਇਹ ਜ਼ਬਰਦਸਤ ਹੋਣੇ ਚਾਹੀਦੇ ਨੇ ਫਰਸਟ ਕਲਾਸ ਹੋਣੇ ਚਾਹੀਦੇ ਨੇ ਇਸ ਬਾਰੇ ਵੀ ਅਮਰਿਤਪਾਲ ਸਿੰਘ ਬਿਆਨ ਦੇ ਚੁੱਕੇ ਨੇ ਮੀਡੀਆ ਦੇ ਵਿੱਚ ਹੁਣ ਗੱਲ ਆਉਂਦੀ ਹੈ ਇੱਕ ਜਿਹੜੀ GLS 350 D4 ਮਰਸੀਡਿਸ ਗੱਡੀ ਹੈ ਇਸ ਦੀ ਕੀਮਤ ਕਰੋੜਾਂ ਵਿੱਚ ਹੈ ਔਰ ਅਮਰਿਤਪਾਲ ਸਿੰਘ ਨੂੰ ਜਦੋਂ ਇਹ ਪੁੱਛਿਆ ਗਿਆ ਔਰ ਪੁਲਿਸ ਨਾਲ ਜਦੋਂ वार्तालाप ਹੋ ਰਿਹਾ ਇੱਕ ਵੀਡੀਓ ਦੇ ਵਿੱਚ ਤੇ ਉਦੋਂ ਵੀ ਅਮਰਿਤਪਾਲ ਸਿੰਘ ਇਹ ਦਾਵਾ ਕਰ ਰਹੇ ਨੇ ਕਿ ਤੁਸੀਂ ਕਿਹੜੇ ਫੋਨ ਦੀ ਗੱਲ ਕਰਦੇ ਹੋ ਮੈਂ ਤਾਂ ਕੋਈ ਫੋਨ ਹੀ ਨਹੀਂ ਵਰਤਦਾ ਜੇਕਰ ਅਮਰਿਤਪਾਲ ਸਿੰਘ ਫੋਨ ਨਹੀਂ ਵਰਤਦੇ ਤਾਂ ਉਸ ਬਾਰੇ ਪੁਲਿਸ ਨੇ ਕਿਹੜੇ ਫੋਨ ਦੇ ਪੜਤਾਲ ਕਰਨ ਦੀਆਂ ਗੱਲਾਂ ਕਹੀਆਂ ਕਿ ਐਕਟਿਵ ਸੀ ਫੋਨ ਇੱਕ ਪਾਸੇ ਇਹ ਗੱਲਾਂ ਨੇ ਪਰ ਦੂਜੇ ਪਾਸੇ ਜਿੱਥੇ ਚਰਚਾ ਇੱਕ ਤਰ੍ਹਾਂ ਦੀ ਪੰਜਾਬ ਵਿੱਚ ਛਿੜ ਗਈ ਹੈ ਕਿ ਕੌਣ ਸਹੀ ਕਰ ਰਿਹਾ ਕੌਣ ਗਲਤ ਕਰ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲੈ ਕੇ ਇਸ ਤਰ੍ਹਾਂ ਪ੍ਰਦਰਸ਼ਨ ਕਰਨਾ ਕੀ ਜਾਇਜ਼ ਹੈ ਜਾਂ ਫਿਰ ਨਜਾਇਜ਼ ਹੈ ਇਸ ਬਾਰੇ ਤੁਸੀਂ ਸੋਚਦੇ ਹੋ ਆਪਣੀ رائے ਵੀ ਜਰੂਰ ਸਾਂਝੀ ਕਰਿਓ ਕਿਉਂਕਿ ਇਸ ਮਸਲੇ ਦੇ ਵਿੱਚ ਲਗਾਤਾਰ ਚਰਚਾ ਛਿੜੀ ਹੋਈ ਹੈ ਕਿ ਕੌਣ ਸਹੀ ਤੇ ਕੌਣ ਗਲਤ ਕੀ ਕਿਸੇ ਦੇ ਉੱਤੇ ਜਿਹੜਾ ਪਰਚਾ ਹੋ ਜਾਵੇ ਉਹ ਪਰਚੇ ਤੋਂ ਬਚਣ ਦੇ ਲਈ ਜਿਹੜਾ ਇਹ ਗੱਲਾਂ ਕਰਦਾ ਹੋਵੇ ਕਿ ਮੌਤ ਤੋਂ ਡਰ ਨਹੀਂ ਲੱਗਦਾ ਸਵਾਲ ਲੋਕ ਇਹ ਕਰ ਰਹੇ ਨੇ ਕਿ ਫਿਰ ਪਰਚੇ ਤੋਂ ਡਰ ਕਿਉਂ ਲੱਗਦਾ ਹੈ ਇਸ ਮਸਲੇ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਲਗਾਤਾਰ ਸਵਾਲ ਵੀ ਹੋ ਰਹੇ ਨੇ ਤੇ ਇਨ੍ਹਾਂ ਸਵਾਲਾਂ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਵਾਬ ਵੀ ਸામਨੇ ਆ ਰਹੇ ਨੇ ਪੁਲਿਸ ਪ੍ਰਸ਼ਾਸਨ ਦਾ ਹੁਣ ਤੱਕ ਜੋ ਸਾਹਮਣੇ ਆਇਆ ਰਵਈਆ ਜਾਂ ਫਿਰ ਜਵਾਬ ਉਹਨਾਂ ਦਾ ਕਹਿਣਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਖਦਿਆਂ ਹੋਇਆਂ ਅਸੀਂ ਉਸਹਾਜ਼ਰੀ ਦੇ ਵਿੱਚ ਕੋਈ ਜਵਾਬੀ ਕਾਰਵਾਈ ਨਹੀਂ ਦਿੱਤੀ ਪਰ ਇੱਥੇ ਸਵਾਲ ਇਹ ਵੀ ਬਣਦਾ ਹੈ ਕਿ ਜਿਹੜੇ ਪੁਲਿਸ ਦੇ ਉੱਤੇ ਪਹਿਲਾਂ ਸਵਾਲ ਉੱਠਦੇ ਰਹੇ ਨੇ ਕਾਰਗੁਜ਼ਾਰੀ ਦੇ ਉੱਤੇ ਕਿ ਲਗਾਤਾਰ ਕਿਉਂਕਿ ਅਮਰਤਪਾਲ ਸਿੰਘ ਦੀਆਂ ਦਲੀਲਾਂ ਨੇ ਕਿ ਮੇਰਾ ਇੱਕੋ ਇੱਕ ਨਿਸ਼ਾਨਾ ਹੈ ਮੈਂ ਗਲਤ ਕੀ ਕੀਤਾ ਜੇਕਰ ਨਸ਼ਿਆਂ ਨੂੰ ਰੋਕਣ ਦੀ ਮੁਹਿੰਮ ਚਲਾਈ ਹੈ ਉਹ ਨਸ਼ਿਆਂ ਦੀ ਮੁਹਿੰਮ ਚਲਾਉਣ ਨੂੰ ਲੈ ਕੇ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਕਿ ਅਸੀਂ ਨਸ਼ਾ ਬੰਦ ਕਰਨਾ ਚਾਹੁੰਦੇ ਆਂ ਔਰ ਜਿਨ੍ਹਾਂ ਜਿਨ੍ਹਾਂ ਦਾ ਉਹ ਕਾਰੋਬਾਰ ਹੈ ਉਹਨਾਂ ਨੂੰ ਤਕਲੀਫ ਹੋ ਰਹੀ ਹੈ ਜਿਸ ਦੇ ਵਿੱਚ ਕੋਈ ਵੀ ਹੋ ਸਕਦਾ ਉਹਨਾਂ ਨੇ ਸਿਆਸਤਦਾਨਾਂ ਵੱਲ ਵੀ ਇਸ਼ਾਰਾ ਕੀਤਾ ਤੇ ਪੁਲਿਸ ਪ੍ਰਸ਼ਾਸਨ ਵੱਲ ਵੀ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਜਿਨ੍ਹਾਂ ਨੂੰ ਉਹ ਜਿਨ੍ਹਾਂ ਦੀ ਦੁਕਾਨਦਾਰੀ ਬੰਦ ਕਰਨ ਦੀ ਅਸੀਂ ਗੱਲਾਂ ਕਰ ਰਹੇ ਹਾਂ ਉਹਨਾਂ ਨੂੰ ਤਕਲੀਫ ਹੋ ਰਹੀ ਹੈ ਤੇ ਉਹ ਸਾਡਾ ਸਹਿਯੋਗ ਨਹੀਂ ਦੇ ਰਹੇ ਉਹ ਕਿਵੇਂ ਸਹਿਣ ਕਰਨਗੇ ਸਾਨੂੰ ਇਹ ਗੱਲਾਂ ਦੀਆਂ ਦਲੀਲਾਂ ਹੋ ਰਹੀਆਂ ਨੇ ਪਰ ਜਿੱਥੋਂ ਤੱਕ ਸਵਾਲ ਇਸ ਗੱਡੀ ਦਾ ਹੈ ਇਹ ਤਸਵੀਰ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿਹੜੇ ਫਸਟ ਓਨਰ ਨੇ ਇਸ ਗੱਡੀ ਦੇ ਜਿਸ ਦੀ ਕੀਮਤ ਕਰੋੜਾਂ ਦੇ ਵਿੱਚ ਹੈ ਗੱਡੀ ਦੀ ਪ੍ਰੇਮਨਾਥ ਮਹਿਾਨੀ ਨੇ ਜਿਹੜੇ ਇੱਕ ਹਰਿਆਣੇ ਦੇ ਕਾਰੋਬਾਰੀ ਨੇ ਉਹ ਫਰਸਟ ਓਨਰ ਨਹੀਂ ਪਰ ਇੱਕ ਐਨਓਸੀ ਵੀ ਜਾਰੀ ਹੋਈ ਹੈ 17 ਜਨਵਰੀ 2023 ਨੂੰ ਕਿਸ ਦੇ ਨਾਮ ਤੇ ਜਾਰੀ ਹੋਈ ਹੈ ਔਰ ਇਸ ਦਾ ਜਿਹੜਾ ਵਾਈਟ ਨੰਬਰ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਹੈ ਕਿ ਗੱਡੀ ਚਰਚਾ ਦਾ ਵਿਸ਼ਾ ਕਿਉਂ ਬਣ ਰਹੀ ਹੈ ਚਰਚਾ ਦਾ ਵਿਸ਼ਾ ਬਣਨਾ ਇਸ ਕਰਕੇ ਆਪਣੇ ਆਪ ਦੇ ਵਿੱਚ ਹੈ ਕਿ ਜੇਕਰ ਅਮਰਿਤਪਾਲ ਸਿੰਘ ਦੇ ਕੋਲ ਫੋਨ ਤੱਕ ਆਪਣਾ ਨਹੀਂ ਹੈ ਤਾਂ ਫਿਰ ਇੰਨੀ ਮਹਿੰਗੀ ਗੱਡੀ ਕਿਹੜੀ ਕਮਾਈ ਦੇ ਵਿੱਚੋਂ ਆਈ ਹੈ ਪਰ ਇਸ ਬਾਰੇ ਅਮਰਿਤਪਾਲ ਸਿੰਘ ਨੇ ਇੱਕ ਬਿਆਨ ਦੇ ਦਿੱਤਾ ਹੈ ਕਿ ਗੱਡੀ ਸੰਗਤ ਨੇ ਉਹਨਾਂ ਨੂੰ ਦਿੱਤੀ ਹੈ ਜਦੋਂ ਸੰਗਤ ਚਾਹੇਗੀ ਤੇ ਉਹ ਗੱਡੀ ਵਾਪਸ ਦੇ ਦਿੱਤੀ ਜਾਵੇਗੀ ਇਹ ਗੱਡੀ ਦੇ ਬਾਰੇ ਉਹਨਾਂ ਨੇ ਹੁਣ ਤੱਕ ਜਾਣਕਾਰੀ ਸਾਂਝੀ ਕੀਤੀ ਹੈ